हेलो फ्रेंड्स, दिस इज ऋषिवर फ्रॉम एकेडमी ऑफ स्ट्रक्चर लर्निंग। सो दा बहुत बहुत स्वागत है साडे यूट्यूब चैनल एएसएल जयपुर ते। अज आपां गल करांगे कि जे तुसी ऑस्ट्रेलिया दा स्टडी वीजा अप्लाई करना है तां आह पंज मिस्टेक्स बिल्कुल नहीं करनियां। पहला अभी वीडियो स्टार्ट करने से पहला मैं थोड़ा सारा रिक्वेस्ट करूंगा कि साडा यूट्यूब चैनल जरूर सब्सक्राइब करो। मैं वीडियो शॉर्ट रखांगा, मैं तुहानू जल्दी जल्दी पंज चीजां दस रहा जिस नाल तुसी इह थोड़ा वीजा स्मूथली निकलेगा। फर्स्ट ऑफ ऑल कोर्स सिलेक्शन, ऑस्ट्रेलिया की है, ऑस्ट्रेलिया का जो इमीग्रेशन पॉलिसी है बहुत जल्दी चेंज होती है। ऑस्ट्रेलिया ने एक अपनी ऑक्यूपेशन लिस्ट बना रखी है जिसनों स्किल ऑक्यूपेशन लिस्ट कहते हैं। एक की है, एक ऑस्ट्रेलिया गवर्नमेंट ने की कर रखा है कि जिस हिसाब से उन्होंने मार्केट विच लेबर की शॉर्टेज होती है किसी भी ऑक्यूपेशन च, वो उस हिसाब से उस ऑक्यूपेशन एक स्किल ऑक्यूपेशन लिस्ट विच पा देते हैं कि ताकि बच्चा उस ऑक्यूपेशन करे तो जी लेबर क्रंच है उतो खत्म हो जाए। तो इस करके जी SOL जी स्किल ऑक्यूपेशन लिस्ट है बहुत जल्दी चेंज होती रहती है। तो की है कि कई बार की होंगे मेरे बहुत सारे स्टूडेंट्स या मेरे बहुत सारे कलीग नाल ऐ होया है कि जो वो कोई भी पीजी प्रोग्राम या यूजी प्रोग्राम करन जाते हैं जो उन्होंने वो कोर्स सिलेक्शन किया जो ऑक्यूपेशन जो कोई एरिया से SOL विच आता से जो लेकिन पास आउट हुए जिथे बंदे नूं 2-3 साल लगते हैं पीआर लैण दा, पहला स्टडी वीजा फिर पीआर फिर पीआर दा सप्लाई करता है तो उस थोड़ा जिहा टाइम लेंदी हो जाता है। इस करके इस लाइन इस लाइन जो है ओल्ड टाइम SOL च रहेंगे तो कदे भी जो कोर्स सिलेक्शन करने के बाद PR के लिए अप्लाई करना है तो सानू कोई दिक्कत नहीं आएगी। इसलिए सब तो मेजर चीज है कि कोर्स सिलेक्शन बहुत सही ढंग करो। दूसरी चीज है तो मैं पिछली वीडियो दस्या ही है कि सानू जो ऑस्ट्रेलिया जाना सानू 25-30 लाख रुपए फंड चाहिए होंगे है। तुसी ਇਹ ਫੰਡਸ 3 ਮਹੀਨੇ ਪੁਰਾਣੇ ਹੋਣੇ ਚਾਹੀਦੇ। ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਅਰਲੀ ਸਟੇਜ ਤੇ ਤੁਸੀਂ ਆਪਣੇ ਫੰਡਸ ਅਰੇਂਜ ਕਰਨ ਲੱਗ ਜਾਓ। ਜੇ ਤੁਹਾਡੇ ਪੇਰੈਂਟਸ ਨੂੰ ਚਾਹੀਦਾ ਹੈ ਕਿ ਤੁਸੀਂ 1-2 ਸਾਲ ਪਹਿਲਾਂ ਹੀ ਆਪਣੀ ITR ਫਿਲ ਕਰਾਉਣ ਲੱਗ ਜਾਓ, ਤੁਸੀਂ ਫੰਡਸ ਆਪਣੇ ਖਾਤੇ 'ਚ ਪਾਉਣ ਲੱਗ ਜਾਓ, ਹੌਲੀ ਹੌਲੀ ਉਹਨੂੰ FDI ਨਹੀਂ ਕਿ ਖਾਤੇ 'ਚ ਸੇਵਿੰਗ ਪਹੁੰਚ ਪੈ ਰਹੇ, ਤੁਸੀਂ FDI ਕਰਾ ਕੇ ਰੱਖੋ। FDI ਵੀ ਤੁਹਾਡੀ ਫੰਡ ਦੇ ਵਿੱਚ ਐਲੀਜੀਬਲ ਹੁੰਦੀਆਂ ਨੇ। ਤੁਸੀਂ FDR ਤੋਂ ਕਰਵਾ ਲਓ, ਕੋਈ ਪੋਸਟ ਵਿੱਚ ਪਾ ਲਓ, ਕੋਈ ਵੀ ਸਕੀਮ 'ਚ ਪਾ ਲਓ, ਤਾਂ PPF 'ਚ ਨਹੀਂ ਪਾਉਣੇ ਆਪਾਂ ਪੈਸੇ, ਤਾਂ ਉਹ ਵੀ ਐਲੀਜੀਬਲ ਹੋਣਗੇ ਫੰਡ ਦੇ ਵਿੱਚ। ਲੇਕਿਨ ਤੁਹਾਨੂੰ 3 ਮਹੀਨੇ ਫੰਡ ਪ੍ਰਾਈਜ ਚਾਹੀਦੇ ਹੁੰਦੇ ਆ ਤੇ ਇਹ ਮੇਜਰ ਕਾਰਨ ਹੈ ਤੁਹਾਡਾ ਵੀਜ਼ਾ ਰਿਜੈਕਸ਼ਨ ਦਾ ਆਸਟ੍ਰੇਲੀਆ ਵਿੱਚ, ਜੇ ਤੁਹਾਡੇ ਫੰਡ 3 ਮਹੀਨੇ ਪੁਰਾਣੇ ਹੈ ਨਹੀਂ ਜਾਂ ਫਿਰ ਤੁਸੀਂ ਫੰਡ ਜੀ ਫੇਕ ਲਗਾ ਦਿੰਦੇ ਆ। ਅੱਜ ਕੱਲ੍ਹ ਇਹ ਫੇਕ ਡਾਕੂਮੈਂਟ ਦਾ ਕੋਈ ਵੀ ਨਹੀਂ ਲਗਾਉਣਾ ਆਸਟ੍ਰੇਲੀਆ ਵਿੱਚ, ਜੇ ਇੱਕ ਵਾਰ ਤੁਸੀਂ ਫੇਕ ਲਾ ਲਿਆ ਤੁਸੀਂ ਆਲ ਲਾਈਫ ਲਈ ਬੈਨ ਹੋ ਜਾਓਗੇ। ਅਗਲੀ ਜਿਹੜੀ ਜ਼ਰੂਰੀ ਚੀਜ਼ ਆ ਉਹ ਹੈ ਫੰਡ ਰਿਕੁਆਇਰਮੈਂਟ। ਤੁਹਾਨੂੰ ਮੈਂ ਪਿਛਲੀ ਵੀਡੀਓ 'ਚ ਵੀ ਦੱਸਿਆ ਕਿ ਜੇ ਤੁਸੀਂ ਆਸਟ੍ਰੇਲੀਆ ਜਾਣਾ ਤਾਂ ਤੁਹਾਨੂੰ ਮਿਨੀਮਮ 25-30 ਲੱਖ ਫੰਡ ਚਾਹੀਦੇ ਹੈ। ਤਾਂ ਤੁਸੀਂ ਇਹਨੂੰ ਅਰਲੀ ਸਟੇਜ 'ਤੇ ਤੁਹਾਡੇ ਪੇਰੈਂਟਸ ਨੂੰ ਚਾਹੀਦਾ ਕਿ ਉਹਨੂੰ ਅਰੇਂਜ ਕਰਨਾ ਸ਼ੁਰੂ ਕਰ ਦੇਣ। ਤੁਸੀਂ ਇਹਨੂੰ ਆਪਣੇ 1-2 ਸਾਲ ਪਹਿਲਾਂ ਹੀ ਇਹਨਾਂ ਫੰਡਸ ਨੂੰ ਆਪਣੇ ਅਕਾਊਂਟਾਂ 'ਚ ਪਾਉਣਾ ਸ਼ੁਰੂ ਕਰ ਦਿਓ। ਇਹ ਜ਼ਰੂਰੀ ਨਹੀਂ ਕਿ ਇਹ ਫੰਡ ਤੁਹਾਡੇ ਸੇਵਿੰਗ ਅਕਾਊਂਟ 'ਚ ਹੋਣਾ ਚਾਹੀਦੇ, ਤੁਹਾਡੇ ਇਹ ਫੰਡ ਤੁਹਾਡੇ FDR 'ਚ ਵੀ ਹੋ ਸਕਦੇ, ਤੁਹਾਡੇ ਪੋਸਟ ਆਫਿਸ 'ਚ ਵੀ ਹੋ ਸਕਦੇ। ਤੁਹਾਨੂੰ ਪਿਛਲੀ ਵੀਡੀਓ 'ਚ ਮੈਂ ਦੱਸਿਆ ਹੀ ਹੈ ਤਾਂ ਉਹ ਵੀ ਐਲੀਜੀਬਲ ਫੰਡ ਵਿੱਚ ਆਉਂਦਾ ਹੈ। ਸੋ ਬਸ ਆਪਾਂ ਨੂੰ ਸੁਣਾਉਂਦਾ ਵੀ ਜਿਹੜੇ ਇਹ ਫੰਡ ਹੈ ਸਾਡੇ ਆਪਦੇ ਫੰਡ ਹੈ ਜਾਂ ਫਿਰ ਕੀ ਹੈ ਤੁਸੀਂ ਇਸ 'ਚ ਤੁਹਾਡੇ ਬ੍ਰਦਰ ਸਿਸਟਰ ਦੇ ਫੰਡ ਹੋ ਸਕਦੇ ਆ, ਤੁਹਾਡੇ ਪੇਰੈਂਟਸ ਦੇ ਵੀ, ਤੁਹਾਡੇ ਗ੍ਰੈਂਡ ਪੇਰੈਂਟਸ ਦੇ ਵੀ ਹੋ ਸਕਦੇ ਆ, ਮੈਟਰਨਲ ਪੇਰੈਂਟਸ ਦੇ ਵੀ ਹੋ ਸਕਦੇ ਹੈਗੇ। ਤੇ ਤੁਸੀਂ ਇਹਨਾਂ ਇਹ ਫੰਡਸ ਤੁਸੀਂ 3 ਮਹੀਨੇ ਪੁਰਾਣੇ ਤੁਹਾਨੂੰ ਦੱਸਿਆ 3 ਮਹੀਨੇ ਪੁਰਾਣੇ ਫੰਡਸ ਹੋਣ। ਤੇ ਹਾਂ, ਇੱਕ ਹੋਰ ਜ਼ਰੂਰੀ ਚੀਜ਼, ਤੁਸੀਂ ਐਜੂਕੇਸ਼ਨ ਲੋਨ ਵੀ ਲੈ ਸਕਦੇ ਹੋ। ਐਜੂਕੇਸ਼ਨ ਲੋਨ ਅੱਜ ਕੱਲ੍ਹ ਬੜਾ ਔਖਾ ਨਹੀਂ ਹੈਗਾ, ਤਾਂ ਜੇ ਤੁਹਾਡੀ PG ਪ੍ਰੋਗਰਾਮ ਹੈ ਤਾਂ ਤੁਹਾਨੂੰ ਵਿਦਆਊਟ ਕਲੈਕਟਰ ਵੀ ਤੁਹਾਨੂੰ ਐਜੂਕੇਸ਼ਨ ਲੋਨ ਮਿਲ ਜਾਂਦਾ ਹੈ। ਇਸ ਕਰਕੇ ਤੁਸੀਂ ਐਜੂਕੇਸ਼ਨ ਲੋਨ ਦਾ ਵੀ ਅਰੇਂਜਮੈਂਟ ਕਰ ਸਕਦੇ ਹੋ। ਜੇ ਤੁਹਾਨੂੰ ਕੁਝ ਦਿੱਕਤ ਆਉਂਦੀ ਹੈ ਤਾਂ ਤੁਸੀਂ ਸਾਡੀ ਟੀਮ ਨਾਲ ਵੀ ਗੱਲ ਕਰ ਸਕਦੇ ਹੋ ਐਜੂਕੇਸ਼ਨ ਲੋਨ ਪ੍ਰੋਵਾਈਡ ਕਰਨ ਵਾਸਤੇ। PG ਮੇਨ ਚੀਜ਼ ਹੈ, ਤੁਸੀਂ ਵੀ ਇਨਕਮ ਪ੍ਰੂਫ ਚਾਹੀਦਾ ਹੈ, ਮਿਨੀਮਮ 10 ਲੱਖ ਫੰਡ ਇਨਕਮ ਚਾਹੀਦੀ ਹੈ। ਇਸ ਕਰਕੇ ਤੁਸੀਂ ਤੁਹਾਡੇ ਪੇਰੈਂਟਸ ਤੋਂ ਚਾਹੀਦਾ ਹੈ ਕਿ ਤੁਸੀਂ ਜੇ ਬਾਹਰ ਜਾਣਾ ਉਦੋਂ ਹੀ ਟਰਨਾ ਭਰਾਉਣਾ, ਥੋੜਾ ਜਿਹਾ ਕੇਸ ਵੀ ਕਰਦਾ ਹੈ ਤੁਸੀਂ ਪਹਿਲਾਂ ਤੋਂ ਹੀ ਅਗਲੀ ਸਟੇਜ ਤੇ ਹੀ। ਤੁਸੀਂ ਜੇ ਬੱਚਾ ਤੁਹਾਡਾ 10th ਕਲਾਸ ਚ ਹੈ, 11th ਕਲਾਸ ਚ ਹੈ, ਤੁਸੀਂ ਪਹਿਲਾਂ ਹੀ ਫੰਡਸ ਪਾਉਣ, ਇਨਕਮ ਜਨਰੇਟ ਕਰਨੀ ਸ਼ੁਰੂ ਕਰ ਦਿਓ। ਤੁਸੀਂ ਆਪਣੀ ITR ਕਰਵਾਉਣੀ ਸ਼ੁਰੂ ਕਰ ਦਿਓ, ਤੁਸੀਂ ਜੇ ਫੋਰਮ ਕਰਵਾਉਣੀ ਸ਼ੁਰੂ ਕਰ ਦਿਓ, ਤੁਸੀਂ 16 ਨੰਬਰ ਫੋਰਮ ਲੈ ਕੇ ਰੱਖ ਲਓ। ਤੁਸੀਂ ਜਿਹੜੀ ਵੀ ਤੁਹਾਡੇ ਸੋਰਸ ਦੀ ਇਨਕਮ ਹੈ ਤੁਸੀਂ ਉਹਨੂੰ ਆਪਦੇ ਕੋਲ ਰਿਕਾਰਡ ਸਾਂਭ ਕੇ ਰੱਖੋ ਵੀ ਪਤਾ ਲੱਗੇ ਵੀ ਇਨਕਮ ਉਹਨਾਂ ਦੇ ਪੇਰੈਂਟਸ ਤੋਂ ਪੁਰਾਣੀ ਇਨਕਮ ਆ ਰਹੀ ਹੈ, ਇਕੱਲੇ ਆਸਟ੍ਰੇਲੀਆ ਜਾਣ ਵਾਸਤੇ ਹੀ ਇਨਕਮ ਸ਼ੋ ਨਹੀਂ ਕਰ ਰਹੇ।
फोर्थ जरूरी पॉइंट है एक्सपीरियंस या स्किल डेवलपमेंट। जे थोड़ा कोई थोड़ी गैप है, प्लस टू तो बाद गैप है, ऑस्ट्रेलिया पहला तो बहुत ज्यादा गैप नहीं चलता, बहुत कुछ साल का गैप चलता है, जो थोड़ा कोई गैप है तो तुम अपना एक्सपीरियंस आपका शो करना चाहिए, एक्सपीरियंस थोड़ा जेन्यून होना चाहिए, थोड़ा चाहिए कि थोड़े खाते प्रोपर सैलरी आए, किसी हिसाब से थोड़ा एक्सपीरियंस प्रोपर शो होना चाहिए, कितने भी फेक डॉक्यूमेंट नहीं लगाना चाहिए। ऑस्ट्रेलिया वैसे ही बकायदा चेक करते हैं, बकायदा इंप्लॉयर को वेरीफाई होता है कि यह वाकई थोड़े को जॉब की है इस बच्चे ने, जो किसी भी सोर्स तो ऑथेंटिसिटी चेक की जाती है, इसलिए एक्सपीरियंस बड़ा जेन्युइन होना चाहिए। जो बच्चा कोई कितने जॉब नहीं करता तो उन्होंने स्किल डेवलपमेंट ध्यान देना चाहिए। स्किल डेवलपमेंट की में मान लो कोई मतलब कोई बच्चे ने किसी एरिया चाहे तो वो एरिया से मतलब कोई प्रोजेक्ट बनावे या कोई मतलब यूट्यूब चैनल अपना स्टार्ट कर सकता है, यही चीजा भी करके आप बेसिक को शो कर सकते हैं कि हाँ भी बच्चा आपके एरिया से काम कर रहा है, तो इतने आके उसकी करियर प्रोग्रेशन होगी। हम फिफ्थ का मेन पॉइंट है रीजनल एरिया। बहुत सारे कॉलेजेस या यूनिवर्सिटीज है कि जो रीजनल एरिए है, हाँ उतने थोड़ा जो पहला सी कि उन्हें रीजनल यूनिवर्सिटी रीजनल एरिए यूनिवर्सिटी या कॉलेज उत्थे बच्चों को काम नहीं मिलता सी, लेकिन अज यही गल सिचुएशन नहीं है कि अज ऑस्ट्रेलिया सारे कि पूरा फुली काम अवेलेबल है, तो तुसी की है कि तुसी कोई जेडे भी तुहाडी यूनिवर्सिटी चूज करनी है कॉलेज चूज करना है तो तुसी अपने रीजनल एरिया चूज कर सकते हो, जिवें यूनिवर्सिटी ऑफ एडलेड है, यूनिवर्सिटी ऑफ तस्मानिया है, यूनिवर्सिटी आप कह सकते हैं यूनिवर्सिटी ऑफ ग्रिफिन है, ये तीन चार यूनिवर्सिटीज है भी मैं तुम्हें तीन चार की गल दी है। बहुत सारी यूनिवर्सिटी जो यूनिवर्सिटी रीजनल एरिया है यूनिवर्सिटी चूज कर सकते हो, यदा थोड़े पी आर 5 पॉइंट एक्स्ट्रा मिलते हैं तो थोड़ी पी आर इस तरह आसान होती है। तो ਇਸ 5 ਪੁਆਇੰਟ ਤੁਸੀਂ ਜੇ ਤੁਸੀਂ ਨੋਟ ਕਰੋਗੇ ਤਾਂ ਤੁਹਾਡਾ ਪੀਆਰ ਪ੍ਰੋਸੈਸ ਸਟੱਡੀ ਵੀਜ਼ਾ ਤੇ ਨਾ ਪੀਆਰ ਪ੍ਰੋਸੈਸ ਆਸਾਨ ਹੋਵੇਗਾ। ਬਹੁਤ ਬਹੁਤ ਥੈਂਕ ਯੂ ਸਾਡਾ ਯੂਟਿਊਬ ਚੈਨਲ ਤੇ ਬਣੇ ਰਹਿਣ ਲਈ, ਸਭ ਪਲੀਜ਼ ਸਾਡਾ ਚੈਨਲ ਸਬਸਕ੍ਰਾਈਬ ਕਰੋ। ਥੈਂਕ ਯੂ।